ਜੇ ਉਹ ਨਾ ਆਏ ਨਾ, ਸਾਡਾ ਤਾਂ ਸਾਰਾ ਖਰਚਾ ਇਹਨੇ ਚ ਲੰਘ ਜਾਣਾ ਪਿੰਡ ਦੇ ਆਉਣ ਜਾਣ ਦੇ ਚੱਕਰਾਂ ਵਿੱਚ। ਹਾਂ ਹਾਂ ਸਮਝ ਗਈ ਆ। ਵੈਰੀ ਗੁੱਡ। ਓਏ ਆ ਗਿਆ ਵੀ ਕਰਨਵੀਰ ਸਿੰਘ, ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ ਜੀ? 2 ਵਜੇ ਆਉਣਾ ਸੀ, ਤੂੰ ਦੁਪਹਿਰੇ ਤੇ ਰਾਤ ਪਾ ਕੇ ਆ ਗਿਆ। ਉਹ ਬੱਸ ਦੇ ਧੱਕੇ ਤੁਹਾਨੂੰ ਪਤਾ ਹੀ ਹੈ। ਬੱਸ 'ਚ ਧੱਕੇ ਕਿਉਂ ਖਾਣਾ ਤੂੰ? ਗੱਡੀ ਨੂੰ ਹਵਾ ਹਵਾ ਲਵਾਇਆ ਕਰ। ਉਹ ਪੈਟਰੋਲ ਦੇ ਭਾਅ ਵਧੀ ਜਾਂਦੇ ਨੇ, ਤੁਹਾਨੂੰ ਪਤਾ ਹੀ ਹੈ। ਪਤਾ ਮੈਨੂੰ ਪੈਟਰੋਲ ਦਾ ਤੇ ਤੇਰਾ ਵੀ। ਬੈਠੋ ਬੈਠੋ। ਭਾਬੀ ਜੀ ਕਿੱਥੇ ਨੇ? ਭਾਬੀ ਜੀ ਕਿਚਨ 'ਚ ਬਿਜ਼ੀ ਨੇ। ਮੈਂ ਉਹਨਾਂ ਦੀ ਹੈਲਪ ਕਰ ਦੇਣੀ ਆ। ਦਾਵਾ ਸਾਹਿਬ ਮੇਰੀ ਗੱਲ ਮੰਨੋ ਤੇ ਤੁਸੀਂ ਵੀ ਸ਼ਹਿਰ ਆ ਕੇ ਰਹੋ। ਜਿਹੜਾ ਤੁਹਾਡਾ ਖਰਚਾ ਕੰਪਨੀ ਕਰਦੀ ਹੈ ਨਾ ਆਉਣ ਜਾਣ ਦੇ ਚੱਕਰਾਂ ਵਿੱਚ, ਉਹ ਬਚੇਗਾ। ਇੱਕ ਗੋਟੀ ਹੋਰ ਖੜੀ ਹੋ ਜਾਊ। ਗੱਲ ਸੁਣ ਮੇਰੀ ਕਰਮਵੀਰ ਸਿੰਘ, ਜੇ ਤੂੰ ਇਹ ਸ਼ਹਿਰ ਜਾ ਕੇ ਰਹਿਣ ਵਾਲਾ ਘਟੀਆ ਗਾਣਾ ਮੇਰੀ ਜਨਾਨੀ ਦੇ ਸਾਹਮਣੇ ਗਾਇਆ ਨਾ ਤੇ ਕੰਪਨੀ ਦਾ ਤੇ ਪਤਾ ਨਹੀਂ ਜਿਹੜਾ ਖਰਚਾ ਘੱਟ ਹੋਣਾ ਕਿ ਨਹੀਂ ਹੋਣਾ, ਪਰ ਕੰਪਨੀ ਵੱਲੋਂ ਜਿਹੜਾ ਤੈਨੂੰ ਖਰਚ ਪਾਣੀ ਮਿਲਦਾ ਨਾ ਉਹਦੇ ਤੇ ਮੈਂ ਵੱਡਾ ਕਾਂਟਾ ਮਾਰ ਸਮਝੇ। ਸਮਝ ਗਿਆ ਜੀ, ਸਮਝ ਗਿਆ। ਤੇਰੀ ਸਮਝਦਾਰੀ ਛੋਟੀ ਹੈ, ਇਹਨੂੰ ਵੱਡਿਆ ਕਰ। ਨਾਲ ਇੱਕ ਮੇਰੀ ਗੱਲ ਹੋਰ ਸੁਣ, ਇਹ ਜਨਾਨੀ ਤੇਰੀ ਜਿਹੜੀ ਆ ਕਸੂਤੇ ਜੇ ਕੱਪੜੇ ਪਾ ਕੇ ਵੱਖਰੇ ਰੰਗ ਦਾ ਖਰਬੂਜਾ ਬਣੀ ਰਹਿੰਦੀ ਆ ਨਾ, ਉਹ ਨਾ ਹੋਵੇ ਮੇਰੇ ਘਰ ਦੇ ਖਰਬੂਜੇ ਤੇ ਵੀ ਆਪਣਾ ਰੰਗ ਚਾੜ ਦੇਵੇ। ਦਾਵਾ ਸਾਹਿਬ ਫੈਸ਼ਨ ਅੱਜ ਕੱਲ੍ਹ ਦੇ ਜਾਣ ਦੋ ਤੁਸੀਂ ਵੀ ਨਾ। ਉਹ ਸਤਿ ਸ਼੍ਰੀ ਅਕਾਲ ਭਾਬੀ ਜੀ, ਸਤਿ ਸ਼੍ਰੀ ਅਕਾਲ। ਗਰਮ ਗਰਮ ਚਾਹ ਪੀਓ। ਕੀ ਬਾਤ ਹੈ, ਕੀ ਬਾਤ ਹੈ। ਲਵਲੀ ਭਾਬੀ ਜੀ, ਤੁਸੀਂ ਕੱਲ ਇਸ ਪਿੰਡ ਵਿੱਚ ਰਹਿੰਦੇ ਹੋ, ਸ਼ਹਿਰ ਵਿੱਚ ਇੰਨੀ ਵੱਡੀ ਕੋਠੀ ਹੈ, ਨਾਲੇ ਅਸੀਂ ਵੀ ਤਾਂ ਉੱਥੇ ਹੀ ਆ, ਤੁਸੀਂ ਸ਼ਹਿਰ ਕਿਉਂ ਨਹੀਂ ਆ ਜਾਂਦੇ ਹੋ? ਪਰ ਕਰਨ ਜੀ ਵੀ ਮੈਨੂੰ ਇਹੀ ਗੱਲ ਕਹਿ ਰਹੇ ਸੀ ਕਿ ਰੰਧਾਵੇ ਜੀ ਤੇ ਉਹਨਾਂ ਦੀ ਵਾਈਫ ਨੂੰ ਸ਼ਹਿਰ ਵਿੱਚ ਆ ਕੇ ਰਹਿਣਾ ਚਾਹੀਦਾ ਹੈ। ਲਓ ਜੀ ਆ ਸੁਣ ਲਿਆ, ਮੈਂ ਤਾਂ ਇਹਨਾਂ ਨੂੰ ਸਮਝਾ ਸਮਝਾ ਕੇ ਥੱਕ ਗਈ ਹਾਂ ਕਿ ਮੈਂ ਵੀ ਸ਼ਹਿਰ 'ਚ ਰਹਿਣਾ ਚਾਹੁੰਦੀ ਹਾਂ। ਵਿਆਹ ਤੋਂ ਪਹਿਲਾਂ ਆਪ ਤਾਂ ਸ਼ਹਿਰ 'ਚ ਰਹਿੰਦੇ ਸੀ, ਪਰ ਸਾਨੂੰ ਦੇਖੋ ਅਸੀਂ ਤਾਂ ਵੀ ਹੁਣ ਇੱਥੇ ਹੀ ਜੰਮੇ ਹਾਂ, ਅਤੇ ਹਾਏ ਓਏ ਹੁਣ ਪਿੰਡ ਜੋਗੀ ਰਹਿ ਜਾਣਾ। ਚੰਗਾ ਦਾਵਾ ਸਾਹਿਬ, ਚਾਹ ਬਹੁਤ ਸਵਾਦ ਸੀ, ਫੇਰ ਮਿਲਾਂਗੇ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਜਲਦੀ ਸ਼ਹਿਰ ਆਇਓ। ਆ ਦੇਖ ਲਿਆ, ਹੁਣ ਤਾਂ ਬਾਹਰ ਵਾਲੇ ਵੀ ਮੇਰੇ ਸ਼ਹਿਰ ਜਾਣ ਦਾ ਦੁੱਖ ਸਮਝਣ ਲੱਗ ਪਏ ਆ। ਆ ਆਪਣੇ ਹੀ ਆ ਜਿਹੜੇ ਹਲੇ ਤੱਕ ਨਾ ਕਲੇਜੇ ਦੇ ਸੱਪ ਬਣ ਕੇ ਬੈਠੇ ਆ, ਮੇਰੇ ਸੁਪਨੇ ਨਹੀਂ ਪੂਰੇ ਹੋਣ ਦਿੰਦੇ। ਇਹ ਕੀ ਪੰਗਾ ਪਾ ਕੇ ਚਲਾ ਗਿਆ? ਜੇ ਮੈਂ ਹੁਣ ਲਵਲੀ ਨੂੰ ਸ਼ਹਿਰ ਲੈ ਕੇ ਨਾ ਗਿਆ